ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਬਲਜੀਤ ਸਿੰਘ। ਆਪਾਂ ਹੁਣ ਕਰਦੇ ਪਏ ਪੰਜਵਾਂ ਸਵਾਲ। ਠੀਕ ਹੈ ਜੀ, ਚੈਪਟਰ ਸਾਡਾ ਨੌਵਾਂ ਚੱਲਦਾ ਵੀ, ਪਹਿਲਾ ਚੈਪਟਰ ਚੱਲਦਾ ਪਿਆ ਨੌਵੀਂ ਕਲਾਸ ਦਾ 1.3 ਐਕਸਰਸਾਈਜ਼ ਦਾ। 1/17 ਦੇ ਦਸ਼ਮਲਵ ਵਿਸਤਾਰ ਵਿੱਚ ਅੰਕਾਂ ਦੇ ਦੁਹਰਾਉਣ ਵਾਲੇ ਖੰਡਾਂ ਵਿੱਚੋਂ ਅੰਕਾਂ ਦੀ ਵੱਧ ਤੋਂ ਵੱਧ ਸੰਖਿਆ ਕੀ ਹੋ ਸਕਦੀ ਹੈ? ਆਪਣੇ ਉੱਤਰ ਦੀ ਜਾਂਚ ਲਈ ਭਾਗ ਕਿਰਿਆ ਕਰੋ। ਭਾਗ ਕਰਨਾ ਸਿੰਪਲ, ਠੀਕ ਹੈ ਜੀ। ਦਸ਼ਮਲਵ ਵਿਸਤਾਰ ਦੇਖਣਾ, ਜੋ ਦਸ਼ਮਲਵ ਵਿਸਤਾਰ ਚੱਲਣਾ ਉਹ 'ਚ ਦੇਖਣਾ ਵੀ ਅੰਕ ਕੇ ਉਹ ਕਿੱਡਾ ਵੱਡਾ ਖੰਡ ਆਉਂਦਾ ਹੈ ਨਾ। ਖੰਡ ਮਤਲਬ ਜੇ 1, 2, 3, 4, 5, 5, ਫਿਰ 1, 2, 3, 4, 5, ਕਿੰਨੇ ਡਿਜਿਟ ਤੋਂ ਬਾਅਦ ਉਹ ਉਹਨਾਂ ਦੀ ਕੀ ਆ ਦੁਹਰਾਉਣ ਲੱਗ ਜਾਂਦੇ ਨੇ, ਅਤੇ ਅੰਕਾਂ ਦੀ ਵੱਧ ਤੋਂ ਵੱਧ ਸੰਖਿਆ ਕਿੰਨੀ ਹੋ ਸਕਦੀ ਹੈ ਇਹ ਦੱਸਣੀ ਆ। ਸਿੰਪਲ ਸਵਾਲ ਆ, ਬਸ ਡਿਵੀਜ਼ਨ ਕਰਦੇ ਜਾਣਾ, ਹੋਰ ਕੁਛ ਨਹੀਂ ਕਰਨਾ ਇਹਦੇ ਵਿੱਚ। ਅਤੇ ਜਿੱਥੇ ਜਾ ਕੇ ਇਹ ਪ੍ਰੋਸੈਸ ਸਟਾਰਟ ਹੋ ਜੂਗਾ ਉਹ ਦੱਸ ਦੇਣਾ, ਉਹ ਤੁਸੀਂ ਦੇਖ ਹੀ ਚੁੱਕੇ ਹੋ। ਮਤਲਬ ਸਿੰਪਲ ਡਿਵੀਜ਼ਨ ਕਰਨੀ ਹੈ ਕਿਹਨੂੰ? 1/17 ਨੂੰ। ਤਾਂ ਇੱਥੇ ਇੱਦਾਂ ਕਰ ਲੈਂਦੇ ਹਾਂ, 1 'ਤੇ ਹੁਣ 0.1 ਕੀ 17 × 17 ਹੁੰਦਾ ਹੈ? ਹਾਂਜੀ 17 ਹੁੰਦਾ ਹੈ। ਕੀ ਜਾ ਸਕਦਾ? ਨਹੀਂ ਜਾ ਸਕਦਾ। ਇਸ ਕਰਕੇ ਡੈਸੀਮਲ ਲਗਾ ਕੇ 0। ਕੀ ਹਾਲੇ ਵੀ ਜਾ ਸਕਦਾ? ਨਹੀਂ, ਹਾਲੇ ਵੀ ਨਹੀਂ ਜਾ ਸਕਦਾ। ਠੀਕ ਹੈ, ਅਤੇ ਹਾਲੇ ਵੀ ਨਹੀਂ ਜਾ ਸਕਦਾ, ਫਿਰ ਇੱਥੇ ਲਗਾਓ 0, ਇੱਥੇ ਉਤਾਰੋ 1 0। ਤਾਂ ਹੁਣ ਜਾ ਸਕਦਾ ਕਿੰਨੇ 'ਤੇ? ਤਾਂ ਦੇਖੋ, ਹੁਣ ਪਹਿਲਾਂ ਨਾ ਜਾਣ ਦੀ ਲੱਗੀ 0, ਫਿਰ ਠੀਕ ਹੈ 2 0 ਆਪਾਂ ਲੈ ਲਾਂਗੇ। ਇੱਕ ਛੋਟਾ ਸੀ ਇੱਥੋਂ ਹੈ ਨਾ, ਇਹਦੇ ਥੱਲੇ ਇਹਦੇ ਪਿੱਛੇ ਪੁਆਇੰਟ ਲਗਾ ਲਓ, ਛੋਟਾ ਸੀਗਾ। ਤਾਂ ਇਹਨੂੰ ਪੂਰਾ ਕਿੰਨਾ ਕਰ ਲੂੰਗਾ ਮੈਂ? ਇਹ ਉਤਾਰ ਕੇ ਥੱਲੇ ਇਹ ਬਣਾ ਲਿਆ 100, 1 0 ਦੀ ਥੱਲੇ ਆ ਗਈ। ਇੱਦਾਂ 0 ਚੱਲਦੀਆਂ ਜਾਣੀਆਂ, ਨਾਲ ਨਾਲ 0 ਚੱਲਦੀਆਂ ਜਾਣੀਆਂ ਨੇ। ਹੁਣ 100 ਕਿੰਨੇ ਜਾਂਦਾ ਇਹ? 85 'ਤੇ, ਠੀਕ ਹੈ। 5 'ਤੇ ਕਿੰਨਾ ਤੁਹਾਡੇ ਕੋਲ ਆ ਜਾਏਗਾ? 5 150, ਇਹ ਕਿੰਨੇ 'ਤੇ ਗਿਆ? 136 'ਤੇ ਕਿੰਨਾ ਤੁਹਾਡੇ ਕੋਲ ਆ ਜਾਏਗਾ? 8 'ਤੇ ਕਿੰਨਾ ਵੱਜ ਗਿਆ ਤੁਹਾਡੇ ਕੋਲ? 14 ਕਿੰਨਾ ਗਿਆ? 140, 140 ਫਿਰ ਕਿੰਨੇ ਜਾ ਸਕਦਾ? 136 'ਤੇ ਕਿੰਨੇ 'ਤੇ ਤੁਹਾਡੇ ਕੋਲ ਚਲਾ ਗਿਆ? 8 'ਤੇ। ਇਹ ਤੋਂ ਬਾਅਦ ਮਾਈਨਸ ਕਰਕੇ ਕਿੰਨਾ ਵੱਜ ਗਿਆ? 4 40 17 ਦੂਣਾ ਕਿੰਨੇ ਚਲਾ ਜਾਏਗਾ? 34 ਕਿੰਨਾ ਚਲੇਗਾ? 2 'ਤੇ। ਫਿਰ ਤੁਹਾਡੇ ਕੋਲ ਕਿੰਨਾ ਬਚ ਗਿਆ? 6 ਕਿੰਨਾ ਗਿਆ? 60। 2 ਤੱਕ ਇੱਥੇ ਆਪਾਂ ਆ ਗਏ, ਇਹ ਕਿੰਨੇ ਚਲਾ ਜਾਏਗਾ? 3 'ਤੇ। 17 30 51, ਇੱਥੋਂ ਸਟਾਰਟ ਕਰ ਲੈਂਦਾ ਮੈਂ ਹੁਣ। ਫਿਰ 51, 51 'ਚੋਂ ਮਾਈਨਸ ਕਰੂੰਗਾ, ਮੇਰੇ ਕੋਲ ਕਿੰਨਾ ਆ ਗਿਆ? 9। ਤਾਂ ਫਿਰ ਇੱਥੋਂ ਦੁਬਾਰਾ 9 ਤੋਂ ਸਟਾਰਟ ਕਰ ਲੈਂਦੇ ਹਾਂ, 9 'ਤੇ। ਠੀਕ ਹੈ, ਤਾਂ 51 3 'ਤੇ ਚਲੇ ਗਏ, 9 'ਤੇ। ਇੱਥੇ ਕੀ ਬਣ ਗਿਆ ਇਹ? 90। ਫਿਰ 85, 85 ਕਿੰਨੇ 'ਤੇ ਗਿਆ ਸੀਗਾ? ਕਿੰਨੇ ਜਾਏਗਾ ਤੁਹਾਡੇ ਕੋਲ ਇਹ ਦੁਬਾਰਾ? 5 'ਤੇ। ਹੁਣ ਇੱਥੋਂ ਦੇਖ ਕੇ ਲੱਗਦਾ ਵੀ ਇਹ ਰਿਪੀਟ ਕਰੂਗਾ, ਦੇਖ ਕੇ ਲੱਗਦਾ ਰਿਪੀਟ ਕਰਦਾ। ਰਿਪੀਟ ਤਾਂ ਕਰੂਗਾ ਜੇ ਇਹ ਦੁਬਾਰਾ ਫਿਰ ਹੀ ਆਉਂਦੇ ਨੇ ਡਿਜਿਟ, ਤਾਂ ਦੇਖਦੇ ਆ ਵੀ ਦੁਬਾਰਾ ਰਿਪੀਟ ਕਰਦਾ ਪਿਆ ਕਿ ਨਹੀਂ ਕਰਦਾ ਪਿਆ ਹੈਗਾ। 85 ਇੱਥੇ ਮੇਰੇ ਕੋਲ ਕਿੰਨਾ ਆ ਗਿਆ? ਇਹਦੇ ਵਿੱਚ ਮਾਈਨਸ ਕਰਕੇ 50, ਫਿਰ ਕਿੰਨਾ ਗਿਆ? 0। ਕਿੰਨੇ 'ਤੇ ਚਲਾ ਗਿਆ? 34। 2 'ਤੇ, ਪਰ ਇਹ ਤੋਂ ਬਾਅਦ 8 ਸੀਗਾ, ਇਹ ਤੋਂ ਬਾਅਦ 2 ਆ, ਇਸ ਕਰਕੇ ਹਾਲੇ ਰਿਪੀਟਿੰਗ ਸ਼ੁਰੂ ਨਹੀਂ ਹੋਈ। ਇੱਕ ਵਾਰੀ 5 ਦੁਬਾਰਾ ਵੈਸੇ ਆ ਗਿਆ, ਇਹਨੂੰ ਮਾਈਨਸ ਕਿੰਨਾ ਕਿੰਨਾ ਗਿਆ ਮੇਰੇ ਕੋਲ? 6। ਠੀਕ ਹੈ ਜੀ, ਤਾਂ 6 ਤੋਂ ਫਿਰ 60 'ਤੇ ਕਿੰਨੇ 'ਤੇ ਗਿਆ? 51 'ਤੇ। ਕਿੰਨੇ 'ਤੇ ਗਿਆ? 3 'ਤੇ। ਠੀਕ ਹੈ ਜੀ, 51 'ਚੋਂ ਮਾਈਨਸ ਕੀਤਾ, ਮੇਰੇ ਕੋਲ ਕਿੰਨਾ ਆ ਗਿਆ? ਫਿਰ ਇੱਥੇ ਬਚ ਗਿਆ 9। 0 90 'ਤੇ, ਅਤੇ ਇੱਦਾਂ 85 'ਤੇ। ਜੋ ਤੁਸੀਂ ਇੱਦਾਂ ਡਿਵੀਜ਼ਨ ਕਰਦੇ ਜਾਏਂਗੇ ਹੋ, ਹੈ ਨਾ, ਕਰਦੇ ਜਾਏਂਗੇ ਹੋ, ਕਰਦੇ ਜਾਓ, ਕਰਦੇ ਜਾਓ। ਇਹ 5, 8, 8, 2, 3, 5, 2, 3, ਠੀਕ ਹੈ ਜੀ, 5, 2, ਇੱਦਾਂ ਤੈਨੂੰ ਚੱਲਦੇ 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 ਤੁਹਾਡੇ ਕੋਲ ਐਂਡ 'ਤੇ ਕਿੰਨਾ ਆਂਸਰ ਆਉਣਾ ਹੈ? 0.0582 3 5 2 9 4 1 1 7 6 4 7 ਤੋਂ ਬਾਅਦ ਐਂਡ ਜਾ ਕੇ ਫਿਰ 1 ਆਏਗਾ। ਠੀਕ ਹੈ, ਇੱਥੋਂ ਨਹੀਂ ਜੱਜ ਕਰਨਾ, ਇੱਥੋਂ ਜੱਜ ਕਰਨਾ ਜਿਹੜੀ ਇੱਥੇ ਜਿਹੜਾ ਉਤਰੇਗਾ, ਇੱਥੋਂ ਜੱਜ ਕਰੇਗੀ ਉਹ 1 ਆ ਗਿਆ ਦੁਬਾਰਾ। ਜਿਹੜਾ ਬਾਕੀ ਸੀਗਾ, ਬਾਕੀ ਉਹ ਫਿਰ 1 ਆ ਗਿਆ। ਜੇ ਫਿਰ 1 ਆ ਗਿਆ, ਫਿਰ ਨਾ ਜਾਂਦੀ ਜੀਰੋ ਲੱਗੂਗੀ, ਫਿਰ 5, 8, 8, 8 ਅਤੇ 16 ਕਿੰਨੇ ਬਣਦੇ ਨੇ ਇਹ? ਟੋਟਲ 16 ਡਿਜਿਟ ਬਣਦੇ ਆ। ਕਲੀਅਰ ਜੀ? 16 ਡਿਜਿਟ ਬਣਦੇ ਨੇ ਇਹ ਸਵਾਲ ਨੂੰ ਡਿਵੀਜ਼ਨ ਕਰਨੇ ਸੀ, ਸਿੰਪਲ, ਹੋਰ ਕੁਛ ਨਹੀਂ ਹੈਗਾ। ਮਤਲਬ 1/17 ਦੇ, ਤਾਂ ਇਹਦਾ ਆਂਸਰ ਕੀ ਬਣਦਾ ਵੀ 1/17 ਦੇ ਭਾਗਫਲ ਆ, ਜਿਹੜਾ ਭਾਗਫਲ ਦੇ ਵਿੱਚ ਜਿਹੜਾ ਖੰਡ ਸੀਗਾ ਉਹਦਾ ਜਿਹੜਾ ਦਸ਼ਮਲਵ ਵਿਸਤਾਰ ਆ ਉਹਦੇ ਵਿੱਚ ਕਿੰਨੇ ਅੰਕ ਆਣਗੇ? ਕੁਐਸਚਨ 'ਚ ਕਿੰਨੇ ਆਣਗੇ? 16 ਅੰਕਾਂ ਦੀ ਦਾ ਕੀ ਆ ਦੁਹਰਾਓ ਹੈ, ਰਿਪੀਟੇਸ਼ਨ ਹੋਏਗੀ 16 ਅੰਕਾਂ ਬਾਅਦ ਜਾ ਕੇ। ਠੀਕ ਹੈ ਜੀ, ਇਹ ਵੀਡੀਓ ਲੈਕਚਰ ਦੇਖਣ ਲਈ ਬਹੁਤ ਬਹੁਤ ਧੰਨਵਾਦ। ਸੌਖਾ ਜਿਹਾ ਸਵਾਲ ਸੀਗਾ, ਥੈਂਕ ਯੂ ਸੋ ਮੱਚ।